मकान मालिक दे वल्लों किराया मंगण अते किराएदार नाल गाली गलोच करन तो बाद उस नाल कीती जा रही कुटमार दी ए वीडियो श्री मुक्तसर साहिब दी है। इस मौके ते पीड़ित किराएदार दुल्ला सिंह ने दस्या के उस वल्लों मकान मालिक नू किराया ना देन करके मकान मालिक जो कि एक कौंसलर दस्या जा रहा है उसने अपने लड़के पत्नी नाल मिल के दुल्ला सिंह नाल मारकुट की, जिस दौरान किराएदार दुल्ला सिंह दे सिर च इट लगन नाल गंभीर चोट भी लगी। तुहानू इत्थे दसना यह भी जरूरी है कि कौंसलर दे वल्लों लड़ाई दौरान किराएदार दे हाथ नू दंदा नाल कट्टन की कोशिश की गई तां कौंसलर दे लगे हुए नकली दंद टुट गए। इस मौके ते पीड़ित किराएदार दुल्ला सिंह दा की कहना तुसी भी देखो। मेरा नाम दुल्ला सिंह जी, मैं राज एमसी का किराएदार हाँ जी। मैं तो किराया लैन आए सी, उन्होंने मेरा सिर पाड़ता जी, तो उन्होंने मेरे दंदी वड्डी जी, आ देखो जी उन्होंने नकली दंद लगे हुए सी जी। तो बाकी उन्होंने मैनू कहना मैं 26 का परचा पड़ूंगा जा मैंने साल का किराया दे दो जी। मैं गरीब बंदे किराया मैं सो दिता नहीं गया जी, हुण दसो 26 का परचा करावां कि किराया देवां जी साल का जी। इस दौरान चशमदीप चरणजीत सिंह ने दस्या के कौंसलर ने अपने परिवार समेत गरीब मेहनती मजदूरी करने वाले किराएदार की मारकुट की है अते उल्टा कौंसलर दे वल्लों ही पीड़ित परिवार नू परचा दर्ज करवाउंदी है धमकियां भी दित्तियां जा रही ने। भाई जी चरणजीत सिंह मेरा नाम, मैं निंगा छाउनी छी नंबर नाके ते रहना जी। की गल होई सी एम सी साहब दी? गल की होनी है जी, दुल्ला सिंह एम सी दे किराए ते रहिंदा जी, ਉਹ ਕੱਲ੍ਹ ਰਾਜ ਐਮ ਸੀ ਅਤੇ ਉਹਦਾ ਮੁੰਡਾ ਉਹਦੀ ਘਰ ਵਾਲੀ ਤੋਂ ਕਿਰਾਇਆ ਲੈਣ ਗਏ। ਉਹ ਲੋਕਡਾਊਨ ਦਾ ਸਮਾਂ ਚੱਲ ਰਿਹਾ, ਕਿਰਾਇਆ ਨਹੀਂ ਗਰੀਬ ਬੰਦੇ ਕੋਲ ਹੋਇਆ, ਉਹਨੇ ਉਹਨੂੰ ਰਿਕੁਐਸਟ ਕੀਤੀ ਵੀ ਮੇਰੇ ਕੋਲ ਕਿਰਾਇਆ ਹੈ ਨਹੀਂ, ਇਹ ਉਹਨੂੰ ਗਾਲਾਂ ਕੱਢਣ ਲੱਗ ਪਏ ਦੁੱਲਾ ਸਿੰਘ ਨੂੰ। ਉਹਨੇ ਆਖਿਆ ਵੀ ਤੁਸੀਂ ਗਾਲਾਂ ਨਾ ਕੱਢੋ, ਕਿਰਾਇਆ ਮੈਂ ਦੇ ਦੂੰਗਾ। ਤਾਂ ਦੁੱਲਾ ਸਿੰਘ ਅਤੇ ਉਹਨਾਂ ਨੇ ਫੜ ਕੇ ਤਿੰਨਾਂ ਜਣਿਆਂ ਨੇ ਕੁੱਟਿਆ, ਉਹਦੇ ਸਿਰ ਪਾੜਤਾ। ਸਰ ਇੱਕ ਐਮ ਸੀ ਸਾਹਿਬ ਦੇ ਦੰਦ ਟੁੱਟਿਆਂ ਦਾ ਮਾਮਲਾ ਆ ਰਿਹਾ ਕਿ? ਉਹ ਦੰਦ ਐਕਚੁਅਲੀ ਹੈ ਜੀ, ਇਹ ਐਮ ਸੀ ਸ਼ੂਗਰ ਦਾ ਮਰੀਜ਼ ਆ ਜੀ, ਅਤੇ ਇਸ ਕਰਕੇ ਤਾਂ ਦੰਦ ਸ਼ੂਗਰ ਨਾਲ ਪਹਿਲਾਂ 4-5 ਤਾਂ ਨਕਲੀ ਦੰਦ ਲੱਗੇ ਹੋਏ ਆ। ਉਹ ਜਦੋਂ ਦੁੱਲਾ ਸਿੰਘ ਦੇ ਹੱਥ 'ਤੇ ਦੰਦੀਆਂ ਵੱਢੀਆਂ ਨੇ ਅਤੇ ਉਹ ਦੰਦ ਦੇ ਉੱਤੇ ਹਿੱਲ ਗਏ ਹੋਣੇ ਆ, ਹੁਣ ਉਹ ਫਰੀਦਕੋਟ ਜਾ ਕੇ ਦਾਖਲ ਹੋ ਗਿਆ, ਕਹਿੰਦਾ ਜੀ ਮੇਰੀ 26 ਬਣਾਓ, ਅਤੇ ਐਕਚੁਅਲੀ ਦੰਦ ਇਹਦੇ ਨਕਲੀ ਲੱਗੇ ਹੋਏ ਆ। ਦੁੱਲਾ ਸਿੰਘ ਦਾ ਬਹੁਤ ਵਿਚਾਰਾ ਗਰੀਬ ਬੰਦਾ, ਅਤੇ ਇਹਨੂੰ ਇਨਸਾਫ ਦਿਵਾਇਆ ਜਾਵੇ। ਇਸ ਦੌਰਾਨ ਇੱਕ ਬਜ਼ੁਰਗ ਮਹਿਲਾ ਸ਼ੀਲਾ ਦੇਵੀ ਨੇ ਵੀ ਕੌਂਸਲਰ ਰਜਿੰਦਰ ਰਾਜ 'ਤੇ ਆਰੋਪ ਲਗਾਏ ਕਿ ਕੁਝ ਮਹੀਨੇ ਪਹਿਲਾਂ ਉਸ ਨੂੰ ਵੀ ਕੌਂਸਲਰ ਨੇ ਕਿਰਾਇਆ ਨਾ ਦੇਣ ਕਰਕੇ ਘਰੋਂ ਬਾਹਰ ਕਰ ਦਿੱਤਾ ਸੀ ਅਤੇ ਉਸਦਾ ਸਾਰਾ ਸਮਾਨ ਜ਼ਬਰਦਸਤੀ ਆਪਣੇ ਕੋਲ ਰੱਖ ਲਿਆ ਸੀ। ਅਸੀਂ ਕਿਰਾਏ 'ਤੇ ਬੈਠੇ ਸੀ ਜੀ, ਕਿੱਥੇ? ਰਾਜ ਐਮਸੀ ਦੇ ਜੀ। ਇਹ ਜਦੋਂ ਅਸੀਂ ਕਿਰਾਇਆ ਦੇ ਦਿੱਤਾ ਜੀ 10,000 ਰੁਪਇਆ ਕਿਰਾਏ ਦਾ ਅਤੇ 10,000 ਮੈਂ ਬਿੱਲ ਦਾ ਦੇ ਦਿੱਤਾ ਜੀ, ਫੜ ਕੇ ਵਿਆਜ 'ਤੇ 20,000 ਰੁਪਇਆ ਦੇ ਦਿੱਤਾ ਇਹਨੂੰ ਮੈਂ। ਫਿਰ ਵੀ ਇਹ ਮੇਰੀ ਫਰਿੱਜ ਰੱਖ ਕੇ ਬਹਿ ਗਿਆ, ਮੇਰਾ ਸਮਾਨ ਸਾਰਾ ਹੀ ਰੱਖੀ ਬੈਠਾ, ਕਹਿੰਦਾ ਮੈਂ ਦੇਣਾ ਹੀ ਨਹੀਂ। ਕਿਸੇ ਨੂੰ ਸ਼ਿਕਾਇਤ ਕੀਤੀ ਹੈ? ਹਾਂਜੀ, ਮੈਂ ਸੀਟੀ ਵੀ ਕੀਤੀ ਆ ਜੀ, ਪਰਚਾ ਦਿੱਤਾ ਆ ਮੇਰਾ। ਉਹਨਾਂ ਨੇ ਕਾਰਵਾਈ ਕੀਤੀ ਨਹੀਂ ਜੀ, ਪਤਾ ਨਹੀਂ ਰੱਬ ਜਾਣੇ ਕੀ ਗੱਲ ਹੈ, ਉਹਨਾਂ ਦਾ ਉਹ ਕਰਨ ਹੀ ਨਹੀਂ ਦਿੰਦਾ। ਅੱਜ ਤੁਸੀਂ ਬੱਸ ਸਟੈਂਡ ਚੌਂਕੀ ਕੀ ਮੰਗ ਲੈ ਕੇ ਆਏ ਹੋ? ਅਸੀਂ ਜੀ ਮੈਂ ਮੇਰੀ ਕਾਰਵਾਈ ਕੀਤੀ ਜਾਏ, ਸਾਡੀ ਸੁਣਾਈ ਹੋਵੇ। ਕਿਹਦੇ ਖਿਲਾਫ ਕਾਰਵਾਈ ਚਾਹੁੰਦੇ ਹੋ? ਅਸੀਂ ਰਾਜ ਐਮਸੀ ਦੇ। ਪਰ ਉਧਰ ਦੂਸਰੇ ਪਾਸੇ ਕੌਂਸਲਰ ਦੀ ਪਤਨੀ ਨੇ ਆਪਣੇ ਪਰਿਵਾਰ 'ਤੇ ਲੱਗੇ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸਦੇ ਪਤੀ ਨੇ ਕਿਰਾਏਦਾਰ 'ਤੇ ਹਮਲਾ ਕੀਤਾ ਸੀ ਅਤੇ ਉਹ ਫਰੀਦਕੋਟ ਹਸਪਤਾਲ 'ਚ ਇਲਾਜ ਲਈ ਭਰਤੀ ਹੈ। ਵੀਡੀਓ ਵਾਇਰਲ ਹੋ ਰਹੀ ਹੈ। ਸੁਬਾਹ ਅਸੀਂ ਇਹਨਾਂ ਦੇ ਘਰੇ ਗਏ, 7:30 ਵਜੇ ਐਮ ਸੀ ਸਾਹਿਬ ਇਹਨਾਂ ਦੇ ਘਰੇ ਗਏ ਆ। ਇਹਨਾਂ ਦੀ ਜਿਹੜੀ ਕੁੜੀ ਰੱਖੀ ਹੋਈ ਸੀ 2 ਮਹੀਨੇ ਹੋ ਗਏ, 2.5 ਮਹੀਨੇ ਹੋ ਗਏ ਉਹਨੂੰ ਆਈ ਨੂੰ। ਅਸੀਂ ਇਹਨੂੰ ਰੋਜ਼ ਕਹਿੰਦੇ ਸੀਗੇ ਵੀ ਇਹਨੂੰ ਛੱਡ ਆਓ ਤੁਸੀਂ, ਇਹ ਨਹੀਂ ਛੱਡ ਕੇ ਆਏ। ਕੱਲ੍ਹ ਇਹਨਾਂ ਨੂੰ ਅਸੀਂ ਫੇਰ ਕੇ ਆ, ਪਰਸੋਂ ਰਾਤ ਨੂੰ ਇਹ 12 ਵਜੇ, ਉਹ ਮੁੰਡਾ ਵੀ ਹੈ ਨਹੀਂ ਸੀਗਾ ਘਰੇ, ਇਹ ਰਾਤ ਨੂੰ ਰੋਜ਼ 12 ਵਜੇ ਤਾਂ ਛੱਤ 'ਤੇ ਦੁਕਾਨ 'ਤੇ ਫੋਨ ਕਰਦੀਆਂ ਸੀਗੀਆਂ। ਇਹਨਾਂ ਨੂੰ ਸੁਬਾਹ ਪੁੱਛਿਆ ਵੀ ਤੁਸੀਂ ਰਾਤ 12 ਵਜੇ ਕਿਹਨੂੰ ਫੋਨ ਕਰਦੀਆਂ ਸੀ? ਐਮ ਸੀ ਸਾਹਿਬ ਨਾਲ ਮੌਕੇ 'ਤੇ ਕੀ ਹੋਇਆ? ਮੌਕੇ 'ਤੇ ਫਿਰ ਉਹ ਜਦੋਂ ਸ਼ਾਮ ਨੂੰ ਫੇਰ ਗਏ ਗੇੜਾ ਮਾਰਨ, ਸ਼ਾਮ ਨੂੰ ਇਹਦੇ ਘਰ ਵਾਲਾ ਵੀ ਆ ਗਿਆ ਸੀ, ਇਹ ਕੁੜੀ ਨੂੰ ਵੀ ਛੱਡਿਆ ਜੀ। ਸ਼ਾਮ ਨੂੰ ਇਹੀ ਇਹਨਾਂ ਨੇ ਖੁੰਦ ਖਾਧੀ ਲੈ ਵੀ ਕੁੜੀ ਨੂੰ, ਉਹ ਕਹਿੰਦਾ ਤੂੰ ਇੱਥੇ ਆਇਆ ਕੀ ਲੈਣ? ਇਹਨੇ ਮੇਰੇ ਬੇਟੇ ਦਾ ਇਹਨਾਂ ਨੇ ਜੂੜਾ ਪੱਟਿਆ, ਜੂੜਾ ਖੋਲਿਆ, ਸਾਰੇ ਉਹਦੇ ਵਾਲ ਪੱਟੇ, ਇਹਨਾਂ ਦੀ ਪੱਗ ਮਿੱਟੀ 'ਚ ਰੋਲੀ ਹੈ, ਖੂਨ ਦੇ ਲੀੜੇ ਇਹਨਾਂ ਦੇ ਗੱਚੋ ਗੱਚ, ਮੇਰੇ ਸਾਰੇ ਕੱਪੜੇ ਮਿੱਟੀ ਨਾਲ ਲਿਬੜੇ ਸੀਗੇ, ਨਾਲੇ ਮੈਨੂੰ ਤਾਂ ਵੇਖ ਲਓ ਇੱਥੇ ਮੇਰੀ ਕੂਹਣੀ ਵੀ ਆ, ਸਾਰਾ ਮੇਰਾ ਮੋਢਾ ਸੋਜ ਹੋਈ ਪਈ ਹੈਗੀ ਮੋਢੇ ਨੂੰ। ਇਹਨੇ ਮੈਨੂੰ 2 ਵਾਰੀ ਧੱਕਾ ਮਾਰਿਆ। ਐਮ ਸੀ ਸਾਹਿਬ ਦੇ ਕਿੱਥੇ ਸੱਟ ਵੱਜੀ ਹੈ? ਉਹਨਾਂ ਦੇ ਦੰਦ ਹੈਗੇ 4, ਆਹ ਸਾਰੀ ਰਾਤ ਖੂਨ ਨਿਕਲਦਾ ਰਿਹਾ, ਹੱਡੀ ਉਹਦੀ ਫ੍ਰੈਕਚਰ ਹੋਈ ਆ, ਜਕਸਰੇ ਹੋਇਆ, ਟੈਸਟ ਹੋਇਆ। ਕਿੱਥੇ ਇਲਾਜ ਚੱਲ ਰਿਹਾ ਜੀ ਉਹਨਾਂ ਦਾ? ਇਲਾਜ ਉਹਨਾਂ ਦਾ ਫਰੀਦਕੋਟ ਚੱਲ ਰਿਹਾ ਜੀ। ਕਿਸੇ ਤਰ੍ਹਾਂ ਦੀ ਕੋਈ ਹੋਰ ਬਿਮਾਰੀ ਵੀ ਆ ਉਹਨਾਂ ਨੂੰ ਕਿ ਤੰਦਰੁਸਤ ਐਮ ਸੀ ਸਾਹਿਬ? ਨਹੀਂ, ਤੰਦਰੁਸਤ ਸ਼ੂਗਰ ਦੀ ਸੀਗੀ, ਸ਼ੂਗਰ ਅੱਜ ਉਹਨਾਂ ਦੀ 400 ਸੀਗੀ,
ਹੁਣ ਆਪਰੇਸ਼ਨ ਕਰਨ ਤੋਂ ਸਵੇਰੇ ਵੇਖੋ ਲਈ ਸਵੇਰੇ ਕਰਦੇ ਆਪਰੇਸ਼ਨ ਕਿ ਪਰਸੋਂ ਕਰਦੀ ਆ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਕੀ ਗੱਲ ਕਿ ਸਾਨੂੰ ਇਨਸਾਫ ਚਾਹੀਦਾਗਾ ਲੈ ਵੀ ਇਸ ਗੱਲ ਦੇ ਇਹਨਾਂ ਨੇ ਕਿਰਾਏਦਾਰ ਹੁਣ ਇਸ ਗੱਲ ਦਾ ਫਾਇਦਾ ਉਠਾਉਂਦੇ ਵੀ ਲੋਕਡਾਊਨ ਹੈ ਲੈ ਵੀ ਜਿਵੇਂ ਇਹ ਜਮਾਂ ਪਹਿਲਾਂ ਸਾਡੇ ਘਰੇ ਸੀਗੇ ਇੱਥੇ ਨਹੀਂ ਬੋਲਦੇ ਸੀਗੇ ਜਦੋਂ ਦੇ ਉੱਧਰ ਗਏ ਹੁਣ ਪਤਾ ਨਹੀਂ ਕੀ ਚੱਕਰ ਸੀ ਕੀ ਇਹਨਾਂ ਨੇ ਲਈ ਲੋਕਡਾਊਨ ਦਾ ਫਾਇਦਾ ਉਠਾਇਆ ਕਿ ਉਠਾਇਆ ਇਹਨਾਂ ਨੇ ਜ਼ਬਰਦਸਤੀ ਸਾਡੇ ਨਾਲ ਕੀਤੀ ਹੈ ਜਾਣੀ ਕਿ ਅਸੀਂ ਨਹੀਂ ਇਹਨਾਂ ਨਾਲ ਕੀਤੀ ਇਸ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਹੀ ਪਾਰਟੀਆਂ ਦੇ ਬਿਆਨ ਲੈ ਲਏ ਗਏ ਨੇ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ ਅੱਜ ਦੋ MLRs ਬੱਸ ਸਟੈਂਡ ਚੌਂਕੀ ਮੁਕਤਸਰ ਸਾਹਿਬ ਇਹ ਮਸੂਲ ਹੋਈਆਂ ਸੀ ਇੱਕ ਰਜਿੰਦਰ ਸਿੰਘ MC ਅਤੇ ਇੱਕ ਦੁੱਲਾ ਸਿੰਘ ਇਹ ਦੋਨੇ ਸਿਵਲ ਹਸਪਤਾਲ ਦਾਖਲ ਸੀ ਜਿਹੜੇ ਡਿਊਟੀ ਅਫਸਰ AC ਬਲਦੇਵ ਸਿੰਘ ਦੀ ਡਿਊਟੀ ਲਾਈ ਗਈ ਸੀ ਜਿਨ੍ਹਾਂ ਨੇ ਸਿਵਲ ਹਸਪਤਾਲ ਜਾ ਕੇ ਲਿਖਿਆ ਉੱਥੋਂ ਉਹਨਾਂ ਨੂੰ ਫਰੀਦਕੋਟ ਦਾ ਰੈਫਰ ਕਰਤਾ ਉਹ ਬਲਦੇਵ ਸਿੰਘ ਜੀ ਫਰੀਦਕੋਟ ਗਏ ਬਿਆਨ ਦਰਜ ਕਰਨ ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜੈਸੀ ਸੂਰਤ ਹੋ ਗਈ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਪੀੜਤ ਧਿਰਾਂ ਦੱਸ ਰਹੀਆਂ ਵੀ ਕੁਛ ਨਕਲੀ ਦੰਦ ਵਗੈਰਾ ਟੁੱਟਣ ਦਾ ਮਾਮਲਾ ਸਾਹਮਣੇ 'ਚ ਆਇਆ ਪੁਲਿਸ ਪਹੁੰਚੀ ਇੱਥੋਂ ਤੱਕ ਕਿ ਅਜੇ ਜੋ ਵੀ ਡਾਕਟਰੀ ਓਪੀਨੀਅਨ ਜੋ ਡਾਕਟਰ MLR ਦੇ ਵਿੱਚ ਡਾਕਟਰ ਸਾਹਿਬ ਦੇ ਜੋ ਡਾਕਟਰ ਸਾਹਿਬ ਰਾਏ ਦੇਣਗੇ ਉਸੇ ਮੁਤਾਬਕ ਜਿਹੜੀ ਕਾਰਵਾਈ ਉਹ ਕੀਤੀ ਜਾਊਗੀ ਜੇ ਇਸ ਤਰ੍ਹਾਂ ਦੀ ਘਟਨਾ ਜਿਵੇਂ ਵੀ ਹੋਇਆ ਜੋ ਵੀ ਬਿਆਨ ਲਿਖਾਉਣਗੇ ਉਹਨਾਂ ਬਿਆਨਾਂ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਕਿਰਾਏਦਾਰ ਅਤੇ ਮਕਾਨ ਮਾਲਿਕ ਦੇ ਵਿਚਕਾਰ ਹੋਏ ਇਸ ਲੜਾਈ ਝਗੜੇ ਦੇ ਵਿੱਚ ਕੀ ਸੱਚਾਈ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਏਵਨ ਪੰਜਾਬੀ ਟੀਵੀ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਢੱਲਾ ਦੀ ਰਿਪੋਰਟ ਸਮੱਸਿਆ ਕੋਈ ਵੀ ਹੋਵੇ ਜੜ੍ਹ ਤੋਂ ਖਤਮ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ ਜਿਵੇਂ ਮਨ ਚਾਹਿਆ ਪਿਆਰ ਪਤੀ ਪਤਨੀ 'ਚ ਅਣਬਣ ਕਾਲੇ ਜਾਦੂ ਦਾ ਖਾਤਮਾ ਵਸ਼ੀਕਰਨ ਲਾਟਰੀ ਨੰਬਰ ਪਾਓ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੇ ਵਸ ਵਿੱਚ ਕਰਵਾਉਣ ਲਈ ਸੰਪਰਕ ਕਰੋ ਬਾਬਾ ਗੁਰਦੇਵ ਸਿੰਘ ਜੀ ਤੁਸੀਂ ਸੰਪਰਕ ਕਰ ਸਕਦੇ ਹੋ 95013-71-801 ਸੱਤੇ ਲੁਮਾਂ ਦੇ ਮਾਹਿਰ ਰੋਹਿਤ ਜੋਸ਼ੀ ਫੀਸ ਨਹੀਂ ਇਨਾਮ ਲਵਾਂਗਾ ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ
मनचाहा प्यार, पति पत्नी विच अणबण, बीमारी विच दवाई दा ना लगना, वशीकरण करवाना जा तड़वाना, काले जादू दा खात्मा, जिसनू चाहो उसनू अपने वश विच करो। लाटरी नंबर पाओ भावे 649 होवे जा लोटोमैक्स। प्यार विच धोखा खादे हुए प्रेमी प्रेमिका सौतों दुश्मन तो छुटकारा पाउण लई संपर्क करो। नंबर 9996826004।